तलवाड़ा च सेह सेवावां दी कमी होण कारण अज तलवाड़ा दे एनजीओ प्रतिज्ञा एक नवीं सोच दी टीम अते तलवाड़ा दे समूह दुकानदारां अते व्यापार मंडल वल्लों अपणियां दुकानां नूं सवेरे 9 बजे तो लैके 10 बजे तक 1 घंटे लई तलवाड़ा दे मेन बाज़ार च साइलेंस मार्च कढ़िया गया। लाइव पंजाब न्यूज़ तों सोनू थापर दी विशेष रिपोर्ट। अज साइलेंस मार्च कटिया गया बारे जानकारी दी। सर मेरा नाम शिवम बख्शी, मैं प्रेजिडेंट प्रतिज्ञा एक नई सोच जी। अरे प्रतिज्ञा एक नवी सोच ते तलवाड़े दे समूह इलाका निवासी ते मेन बाज़ार ते ओल्ड तलवाड़ा दी सारी ट्रेड यूनियन दे वल्लों एक साइलेंट मार्च दी जिहड़ी कॉल सीगी अज जिहड़ा हैगा बाज़ार 9 to 10 जिहड़ा हैगा उह बंद रख्या गया सीगा। उहदा मसला इको रीज़न हैगा कि 75 साल तो सानू जिहड़ी हैगी इक मंग हैगी साडी हस्पताल दी जिहड़ी हैगी है ਉਹ ਤੁਹਾਨੂੰ ਵੀ ਪਤਾ ਅਤੇ ਸਾਨੂੰ ਵੀ ਪਤਾ ਕਿ ਤਲਵਾੜੇ ਵਾਸੀਆਂ ਨੂੰ ਜਿਹੜੀ ਹੈਗੀ ਕਿੰਨੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹੈਗੀ ਅਤੇ ਅੱਜ ਤੱਕ ਜਿਹੜਾ ਹੈਗਾ ਉਹਦਾ ਹੱਲ ਨਹੀਂ ਹੋਇਆ ਅਤੇ ਸਾਡਾ ਸਾਇਲੈਂਟ ਮਾਰਚ ਰੱਖਣ ਦਾ ਇੱਕ ਰੀਜ਼ਨ ਸੀਗਾ ਕਿ ਜਿੰਨੇ ਵੀ ਉਮੀਦਵਾਰ ਜਿਹੜੇ ਅਸੈਂਬਲੀ ਦਸੂਹਾ ਦੇ ਹੈਗੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਇੱਕ ਮੁੱਦਾ ਹੈਗਾ ਤਲਵਾੜੇ ਵਾਸੀਆਂ ਦਾ, ਇੱਕ ਮੁੱਦਾ ਹੈਗਾ ਅਸੀਂ ਯੂਨਾਈਟ ਹੋ ਕੇ ਟੁਗੈਦਰ ਹੋ ਕੇ ਇੱਕ ਮੁੱਦੇ 'ਤੇ ਖੜ੍ਹੇ ਹਾਂ ਬਿਕੋਜ਼ ਦੈਟਸ ਮੈਡੀਕਲ ਫੈਸਿਲਿਟੀ ਇਜ਼ ਅਵਰ ਬੇਸਿਕ ਨੈਸੈਸਿਟੀ। ਸਰ ਜੇ ਗੱਲ ਕੀਤੀ ਜਾਵੇ ਇਸ ਮੁੱਦੇ ਨੂੰ ਸ਼ਿਵਮ ਸ਼ਰਮਾ ਵੱਲੋਂ 135 ਦਿਨ ਵਾਸਤੇ ਧਰਨਾ ਦਿੱਤਾ ਗਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ ਬਿਲਕੁਲ ਦਿੱਤਾ ਗਿਆ ਸੀ, ਉਹ ਉਹਨਾਂ ਦਾ ਯਤਨ ਸੀਗਾ, ਉਹ ਉਹਨਾਂ ਨੇ ਵਧੀਆ ਯਤਨ ਕੀਤਾ ਅਤੇ ਕੁਝ ਹੱਲ ਹੋਏ ਕੁਝ ਨਹੀਂ ਹੋਏ ਅਤੇ ਅੱਜ ਜਿਹੜੀ ਸਾਡੀ ਸੁਸਾਇਟੀ ਹੈਗੀ ਹੈ 1 ਸਾਲ ਤੋਂ ਜਿਹੜੀ ਹੈਲਥ ਦੇ ਮੁੱਦੇ 'ਤੇ ਕੰਮ ਕਰਦੀ ਪਈ ਹੈ, ਆਪਾਂ ਐਜੂਕੇਸ਼ਨ ਦੇ ਫੈਕਟਰ 'ਤੇ ਵੀ ਕੰਮ ਕਰਦੇ ਬਟ ਅਸੀਂ ਦੇਖਿਆ ਕਿ ਹੈਲਥ ਇਜ਼ ਅਵਰ ਮੇਜਰ ਪ੍ਰਾਇਓਰਟੀ ਅਤੇ ਅਸੀਂ ਇੱਕ ਕੰਪੇਨ ਚਲਾਈ ਸੀ ਇੱਕ ਨਈ ਪ੍ਰਤੀਗਿਆ ਸਵਾਸਥਯ ਸੁਵਿਧਾਓ ਕੇ ਲਈ। ਅਸੀਂ ਜਿਹੜਾ ਅੱਜ ਦਾ ਜਿਹੜਾ ਤੁਸੀਂ ਇਕੱਠ ਦੇਖਿਆ ਹੈਗਾ ਉਹ ਪੂਰੇ ਇਲਾਕੇ ਦਾ ਇਕੱਠ ਸੀਗਾ। ਸਰ ਜੇ ਗੱਲ ਕੀਤੀ ਜਾਵੇ ਤੁਸੀਂ ਪਿਛਲੇ ਟਾਈਮ ਚਰਨਜੀਤ ਚੰਨੀ ਨੂੰ ਮਿਲ ਕੇ ਆਏ ਸੀਗੇ, ਉਹਦਾ ਕੀ ਨਤੀਜਾ ਨਿਕਲਿਆ? ਆਪਾਂ ਸੀਐਮ ਸਰ ਨੂੰ ਜਿਹੜੀ ਹੈਗੀ ਤਲਵਾੜੇ ਦੇ ਇਲਾਕੇ ਦੀ ਪ੍ਰੋਬਲਮਸ ਦੀ ਮੰਗ ਕੀਤੀ ਸੀ, ਉਹਦੇ ਵਿੱਚ ਹਸਪੀਟਲ ਦਾ ਵੀ ਜ਼ਿਕਰ ਕੀਤਾ ਗਿਆ ਸੀਗਾ, ਪਲੱਸ ਇਹ ਵੀ ਦੱਸਿਆ ਗਿਆ ਸੀ ਕੰਡੀ ਖੇਤਰ ਹੈਗਾ ਇੱਥੇ ਇੰਡਸਟਰੀ ਵਗੈਰਾ ਲੱਗਣੀ ਚਾਹੀਦੀ ਹੈਗੀ, ਉਹ ਸਾਰੀ ਚੀਜ਼ਾਂ ਦਾ ਆਪਾਂ ਇੱਕ ਜਿਹੜਾ ਮੰਗ ਪੱਤਰ ਉਹ ਦੇ ਕੇ ਆਏ ਸੀਗੇ ਬਟ ਅਨਫੋਰਚੁਨੇਟਲੀ ਉਸ ਚੀਜ਼ਾਂ ਦੇ ਹੱਲ ਨਹੀਂ ਹੋਇਆ। ਇਸ ਲਈ ਆਪਾਂ ਜਿਹੜਾ ਹੈਗਾ ਅੱਜ ਸਾਰੇ ਜਿਹੜੇ ਮਾਰਕੀਟ ਦੇ ਟ੍ਰੇਡ ਯੂਨੀਅਨਸ ਹੈਗੇ ਐਸੋਸੀਏਸ਼ਨਸ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਮਾਰਕੀਟ ਬੰਦ ਦੀ ਜਿਹੜੀ ਕਾਲ ਸੀਗੀ ਸਭ ਦੇ ਸਹਿਯੋਗ ਨਾਲ ਰੱਖਿਆ ਗਿਆ ਸੀ ਬਿਕੋਜ਼ ਇੱਕ ਸਭ ਦਾ ਜਿਹੜਾ ਇੱਕ ਹਿੱਤ ਹੈਗਾ ਮੈਡੀਕਲ ਦਾ ਹਿੱਤ ਹੈਗਾ ਅਤੇ ਸਾਨੂੰ ਆਸ਼ਾ ਹੈਗੀ ਕਿ ਕੋਈ ਵੀ ਉਮੀਦਵਾਰ ਜਿੱਤ ਕੇ ਆਵੇ ਪ੍ਰਾਇਓਰਟੀ ਦੇ ਇਸ 'ਤੇ ਕੰਮ ਕਰੇ। ਸਰ ਤੁਹਾਨੂੰ ਕੀ ਲੱਗਦਾ ਵੀ ਹੁਣ ਚੋਣ ਜਾਬਤਾ ਲੱਗੀ ਪਈ ਹੈ, ਇਸ ਵੇਲੇ ਕੋਈ ਸਰਕਾਰ ਨਹੀਂ ਹੈਗੀ, ਇਹ ਜਿਹੜਾ ਕੈਟਲ ਮਾਰਚ ਕੱਢਣ ਦਾ ਕੀ ਸੀ? ਸਰ ਜਿਹੜਾ ਸਾਇਲੈਂਟ ਮਾਰਚ ਕੱਢਣ ਦਾ ਇੱਕ ਮੋਟਿਵ ਇਹ ਹੈਗਾ ਜੀ 10 ਉਮੀਦਵਾਰ ਹੈਗੇ ਨੇ ਦਸੂਹਾ ਕੌਂਸਟੀਚੁਐਂਸੀ ਦੇ ਜਿਹੜੇ ਇਸ ਟਾਈਮ ਖੜ੍ਹੇ ਹੋਏ ਨੇ, ਤਾਂ ਸਾਨੂੰ ਪਤਾ ਹੋਵੇ ਕਿ ਮੰਗ ਤਾਂ ਇੱਕ ਹੈਗੀ ਹੈ ਨਾ, ਸਾਨੂੰ ਇੱਕ ਸਿਵਲ ਹਸਪੀਟਲ ਚਾਹੀਦਾ। ਅਸੀਂ ਕੋਈ ਨਹੀਂ ਕਹਿੰਦੇ ਕਿ ਸਾਨੂੰ ਜੀ ਤੁਸੀਂ ਏਮਸ ਦੇ ਦਿਓ ਇੱਥੇ ਲਿਆ ਕੇ, ਬਟ ਇੱਕ ਸਿਵਲ ਹਸਪੀਟਲ ਤਾਂ ਹੋਵੇ ਨਾ ਸਾਡੇ ਕੋਲ ਇੱਥੇ ਕੰਮ ਸੇ ਕੰਮ। ਤੁਹਾਨੂੰ ਇੱਕ ਜਾਣਕਾਰੀ ਹੋਣੀ ਚਾਹੀਦੀ, ਇਹ ਜਿਹੜੇ BBMB ਦਾ ਡਾਕਟਰ ਆ ਇਹ ਪੰਜਾਬ ਸਰਕਾਰ ਦੇ ਆ, ਨਾ ਕਿ BBMB ਦਾ ਡਾਕਟਰ ਆ। ਕਦੀ ਇਹਨਾਂ ਦੇ ਡਾਇਰੈਕਟਰ ਨੂੰ ਤੁਹਾਡੀ ਚੰਡੀਗੜ੍ਹ ਮੁਲਾਕਾਤ ਹੋਈ ਹੈ ਵੀ ਇੱਥੇ ਡਾਕਟਰ ਕੋਲ ਵਧੀਆ ਭੇਜੇ ਜਾਣ ਜਾਂ ਕੁਛ ਉਹਦੇ ਬਾਰੇ? ਦੇਖੋ ਅਸੀਂ ਜਦੋਂ ਆਪਣਾ ਚਰਨਜੀਤ ਸਿੰਘ ਚੰਨੀ CM ਸਰ ਨੂੰ ਮਿਲ ਕੇ ਆਏ ਸੀਗੇ, ਉੱਥੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ BBMB ਦਾ 100 ਬੈੱਡ ਦਾ ਹੋਸਪਿਟਲ ਹੈਗਾ, ਬਟ ਅਸੀਂ ਜਾਣਦੇ ਹਾਂ ਕਿ BBMB ਅਤੇ ਪੰਜਾਬ ਗੌਰਮੈਂਟ ਦੀ ਜਿਹੜੀ ਕੋਲੈਬੋਰੇਸ਼ਨ ਹੈਗੀ ਉਹਦੇ ਕਰਕੇ ਪ੍ਰੋਬਲਮਸ ਫੇਸ ਹੁੰਦੀਆਂ ਪਈਆਂ ਹੈਗੀਆਂ। ਸਰ ਗੱਲ ਤਾਂ ਸਾਰੀ ਉਹ ਆ ਗਈ ਨਾ ਜੀ ਡਾਕਟਰਾਂ ਦੀ, ਦੇਖੋ BBMB ਆਪਣਾ ਪੈਸਾ ਸਾਰਾ ਬਰਬਾਦ ਕਰ ਰਹੀ ਹੈ ਟੈਲਾ ਟੂਲਾ ਲਵਾ ਕੇ ਜਾਂ ਕੁਛ। ਬਿਲਕੁਲ।